ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਜਮਾਤ 4 ਵਿਸ਼ਾ ਗਣਿਤ ਵਿੱਚ ਅੱਜ ਅਸੀਂ ਅਗਲਾ ਅਧਿਆਇ 4 ਧਨ ਕਰੰਸੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਬਾਰੇ ਤੁਸੀਂ ਤੀਸਰੀ ਜਮਾਤ ਵਿੱਚ ਵੀ ਪੜ ਚੁੱਕੇ ਹੋ ਤਾਂ ਚਲੋ ਫਿਰ ਕਰੰਸੀ ਨੋਟਾਂ ਤੇ ਸਿੱਕਿਆਂ ਨਾਲ ਜਾਣ ਪਛਾਨ ਕਰੀਏ ਤੇ ਚਲੋ ਸ਼ੁਰੂ ਕਰੀਏ ਇੱਕ ਦਿਨ ਕਲਾਸ ਵਿੱਚ ਮੈਡਮ ਨੇ ਕਿਹਾ ਕਿ ਬੱਚਿਓ ਤੁਸੀਂ ਆਪਣੇ ਆਪਣੇ ਬਸਤੇ ਦਾ ਮੁੱਲ ਕਰੋ ਪਤਾ ਕਰਕੇ ਆਣਾ ਹੈ ਅਗਲੇ ਦਿਨ ਕਲਾਸ ਵਿੱਚ ਆਂਦਿਆਂ ਹੀ ਅਧਿਆਪਕ ਨੇ ਬੱਚਿਆਂ ਤੋਂ ਬਸਤੇ ਦਾ ਮੁੱਲ ਪੁੱਛਿਆ ਪਰੀ ਨੇ ਕਿਹਾ ਕਿ ਮੇਰਾ ਬਸਤਾ ਤਾਂ ਮੈਨੂੰ 170 ਰੁਪਈਆ ਦਾ ਲੱਗਦਾ ਹੈ ਫਿਰ ਇਸ਼ਮੀਤ ਨੇ ਕਿਹਾ ਮੇਰਾ ਬਸਤਾ ਤਾਂ 310 ਰੁਪਈਆ ਦਾ ਹੋਵੇਗਾ ਫਿਰ ਅਵਨੀਤ ਬੋਲੀ ਕਿ ਮੇਰਾ ਬਸਤਾ ਤਾਂ 425 ਰੁਪਈਆਂ ਦਾ ਲੱਗਦਾ ਹੈ ਤੇ ਸੁਖਮਨ ਕਹਿੰਦਾ ਮੇਰਾ ਬਸਤਾ ਤਾਂ ਮੈਨੂੰ 220 ਰੁਪਈਆਂ ਦਾ ਹੀ ਲੱਗਦਾ ਫਿਰ ਮੈਡਮ ਜੀ ਨੇ ਕਿਹਾ ਕਿ ਬੱਚਿਓ ਤੁਹਾਡੇ ਮੰਮੀ ਪਾਪਾ ਨੇ ਇਹ ਬਸਤੇ ਖਰੀਦਣ ਦੇ ਲਈ ਵੱਖ-ਵੱਖ ਪਰਚਲਿਤ ਨੋਟਾਂ ਅਤੇ ਸਿੱਕਿਆਂ ਦੀ ਵਰਤੋਂ ਕੀਤੀ ਹੈ ਤਾਂ ਚਲੋ ਅੱਜ ਅਸੀਂ ਇਹਨਾਂ ਪਰਚਲਿਤ ਨੋਟਾਂ ਅਤੇ ਸਿੱਕਿਆਂ ਬਾਰੇ ਜਾਣਦੇ ਹਾਂ ਤੇ ਇਹ ਵੀ ਦੇਖਦੇ ਹਾਂ ਕਿ ਕਿਹੜੇ ਨੋਟ ਜਾਂ ਸਿੱਕੇ ਪਰਚਲਨ ਵਿੱਚ ਨਹੀਂ ਹਨ ਇਹ ਹੈ ਬੱਚਿਓ 1 ਰੁਪਏ ਦਾ ਨੋਟ 1 ਰੁਪਇਆ ਇਹ ਹੈ 2 ਰੁਪਏ ਦਾ ਨੋਟ 2 ਰੁਪਈਆ ਇਹ ਹੈ ਬੱਚਿਓ 5 ਰੁਪਏ ਦਾ ਨੋਟ 5 ਰੁਪਏ ਤਾਂ ਇਹ ਦੱਸੋ ਕਿੰਨੇ ਰੁਪਏ ਦਾ ਨੋਟ ਹੈ ਹਾਂਜੀ 10 ਰੁਪਏ ਦਾ 10 ਰੁਪਏ ਇਹ ਦੇਖੋ ਬੱਚਿਓ ਕਿੰਨੇ ਰੁਪਏ ਦਾ ਨੋਟ ਹੈ 20 ਰੁਪਏ ਦਾ 20 ਰੁਪਏ है बच्चों प रुपए का नोट ये देखो बच्चों किन्ने रुपए का नोट है हां जी सौ रुपए का सौ रुपए ये है दो सो रुपए का नोट दो सौ रुपए यने रुपए का नोट है बच्चों 500 ਰੁਪਏ ਦਾ 500 ਰੁਪਏ ਤੇ ਇਹ ਦੇਖੋ ਬੱਚਿਓ ਕਿੰਨੇ ਰੁਪਏ ਦਾ ਨੋਟ ਹੈ ਹਾਂਜੀ 2000 ਰੁਪਏ ਦਾ 2000 ਰੁਪਏ ਤਾਂ ਬੱਚਿਓ ਹੁਣ ਅਸੀਂ ਕੁਝ ਸਿੱਕੇ ਵੇਖਦੇ ਹਾਂ ਜੋ ਕਿ ਪ੍ਰਚਲਨ ਵਿੱਚ ਹਨ देखो बच्चों कि पैसे है ये ये है पैसे पंजा पैसे यने रुपए का सिक्का है जी एक रुपए का एक रुपया ये दसो बच्चों कि रुपए का सिक्का है जी दो रुपए का आ दसो बचेो किन्ने रुपए का सिक्का है ਹਾਂਜੀ 5 ਰੁਪਏ ਦਾ ਤੇ ਇਹ ਹੈ ਬੱਚਿਓ ਸਾਡੇ ਕੋਲ 10 ਰੁਪਏ ਦਾ ਸਿੱਕਾ 10 ਰੁਪਏ ਤਾਂ ਬੱਚਿਓ ਇਹੇ ਨੋਟ ਅਤੇ ਸਿੱਕੇ ਪਰਚਲਨ ਵਿੱਚ ਹਨ ਇਹਨਾਂ ਨੋਟਾਂ ਅਤੇ ਸਿੱਕਿਆਂ ਦੀ ਵਰਤੋਂ ਕਰਕੇ ਅਸੀਂ ਕੋਈ ਵੀ ਵਸਤੂ ਖਰੀਦ ਸਕਦੇ ਹਾਂ ਹੁਣ ਬੱਚੇ ਅਸੀਂ ਦੇਖਦੇ ਹਾਂ ਕਿ ਕਿਹੜੇ ਨੋਟ ਅਤੇ ਸਿੱਕੇ ਪ੍ਰਚਾਲਨ ਵਿੱਚ ਨਹੀਂ ਹਨ ਤਾਂ ਦੇਖੋ ਬੱਚਿਓ ਇਹ ਹੈ 1000 ਰੁਪਏ ਦਾ ਨੋਟ ਕਿੰਨੇ ਰੁਪਏ ਦਾ 1000 ਰੁਪਏ ਹੁਣ ਦੇਖੋ ਬੱਚਿਓ ਇਹ ਕਿੰਨੇ ਪੈਸੇ ਹਨ ਹਾਂਜੀ 10 ਪੈਸੇ ਇਹ ਦੇਖੋ ਬੱਚਿਓ ਕਿੰਨੇ ਪੈਸੇ ਹਨ ਹਾਂਜੀ 20 ਪੈਸੇ ਤੇ ਇਹ ਕਿੰਨੇ ਪੈਸੇ ਹਨ ਬੱਚਿਓ 25 ਪੈਸੇ ਬੱਚਿਓ ਇਹ ਨੋਟ ਅਤੇ ਸਿੱਕੇ ਪ੍ਰਚਲਨ ਵਿੱਚ ਨਹੀਂ ਹਨ ਇਹਨਾਂ ਦੀ ਵਰਤੋਂ ਕਰਕੇ ਅਸੀਂ ਕੋਈ ਵੀ ਵਸਤੂ ਨਹੀਂ ਖਰੀਦ ਸਕਦੇ ਤਾਂ ਬੱਚਿਓ ਖੱਬੇ ਪਾਸੇ ਵਾਲੇ ਨੋਟ ਅਤੇ ਸਿੱਕੇ ਪ੍ਰਚਲਨ ਵਿੱਚ ਹਨ ਅਤੇ ਸੱਜੇ ਪਾਸੇ ਵਾਲੇ ਨੋਟ ਅਤੇ ਸਿੱਕੇ ਪ੍ਰਚਲਨ ਵਿੱਚ ਨਹੀਂ ਹਨ ਹੁਣ ਬੱਚਿਓ ਘਰ ਦੇ ਕੰਮ ਵਿੱਚ ਤੁਸੀਂ ਆਪਣੇ ਘਰ ਵਿੱਚ ਵਰਤੇ ਜਾਣ ਵਾਲੇ ਪ੍ਰਚਲਿਤ ਨੋਟ ਅਤੇ ਸਿੱਕਿਆਂ ਦੀ ਪਛਾਣ ਕਰਨੀ ਹੈ ਬੱਚਿਓ ਪੈਸੇ ਦੀ ਤਿਆਰੀ ਤਾਂ ਤੁਸੀਂ ਕਰ ਹੀ ਰਹੇ ਹੋ ਤਾਂ ਚਲੋ ਹੁਣ ਮੈਂ ਦੱਸੋ ਇਹ ਕਿੰਨੇ ਰੁਪਏ ਦਾ ਨੋਟ ਹੈ ਇਸ ਲਈ ਬੱਚਿਓ ਤੁਹਾਨੂੰ ਚਾਰ ਆਪਸ਼ਨ ਦਿੱਤੇ ਹੋਏ ਨੇ ਉੜਾ 50 ਰੁਪਏ ਐੜਾ 100 ਰੁਪਏ ਈੜੀ 200 ਰੁਪਏ ਅਤੇ ਸੱਸਾ 500 ਰੁਪਏ ਤਾਂ ਚਲੋ ਹੁਣ ਮੈਨੂੰ ਦੱਸੋ ਕਿੰਨੇ ਰੁਪਏ ਦਾ ਨੋਟ ਹੈ ਹਾਂਜੀ ਬਿਲਕੁਲ ਠੀਕ ਈੜੀ 200 ਰੁਪਏ ਤਾਂ ਹੁਣ ਅਸੀਂ ਈੜੀ ਤੇ ਸਹੀ ਦਾ ਨਿਸ਼ਾਨ ਲਗਾਣੇ ਹਾਂ ਧੰਵਾਦ